ਹਾਂਜੀ ਸਸਿਗਾ ਵੀਰੋ ਲੱਗੇ ਆ ਜੀ ਅੱਜ ਕਣਕ ਦੀ ਬਜਾਈ ਫੇਰ ਚਾਲੂ ਕਰ ਦਿੱਤੀ ਆ ਤਾਂ ਸ਼੍ਰੀ ਰਾਮ ਦੀ ਜਿਹੜੀ ਸੁਪਰ 272 ਵੈਰਾਈਟੀ ਆਉਂਦੀ ਆ ਉਹਦੀ ਬਜਾਈ ਕਰਨ ਲੱਗੇ ਆ ਤਾਂ ਇਸ ਵਾਰ ਜਿਹੜਾ ਇਹਦਾ ਥੈਲਾ ਆ 2600 ਦਾ ਮਿਲੰਦਿਆ ਆ ਤੇ ਪਿਛਲੇ ਸਾਲ ਜਿਹੜਾ ਆਪਣੇ ਇਹਦਾ ਰੇਟ ਸੀਗਾ 2500 ਤੋਂ ਲੈ ਕੇ 2300 ਰੁਪਿਆ ਰੇਟ ਸੀ ਇਸ ਵਾਰ 300 ਰੁਪਿਆ ਥੈਲੇ ਦਾ ਵਧਿਆ ਤਾਂ ਇੱਕ ਥੈਲਾ ਇੱਕ ਕਿੱਲੇ ਚ ਪਾਵਾਂਗੇ ਤੇ ਮੁੜ ਕੇ ਗਾਂ ਵੀ ਇਹਦੇ ਵਿੱਚੋਂ ਬੀਜ ਰੱਖਣ ਦੇ ਵਾਸਤੇ ਪਿਛਲੀ ਔਰ ਜਿੰਦਾ ਜ਼ਿਆਦਾ ਬੀਜਿਆ ਸੀ ਐਦਕੀ ਇੱਕੋ ਹੀ ਕਿੱਲਾ ਬੀਜਣਾ ਆ ਉਹਦੇ ਵਿੱਚੋਂ ਗਾਂ ਬੀਜ ਰੱਖ ਲੈਣਾ ਆ ਤੇ ਇਹਦੀ ਅਸਲੀ ਤੇ ਨਕਲੀ ਦੀ ਪਛਾਣ ਜਿਹੜੀ ਆ ਕਿਉਂਕਿ ਬੀਜ ਮਹਿੰਗਾ ਆ ਅਸਲੀ ਨਕਲੀ ਦੀ ਪਛਾਣ ਕਰਨੀ ਬਹੁਤ ਜ਼ਰੂਰੀ ਆ ਤਾਂ ਉਹਦੇ ਲਈ ਮੈਂ ਤੁਹਾਨੂੰ ਦੱਸਦਾ ਕਿ ਕੀ ਦੇਖਣਾ ਜ਼ਰੂਰੀ ਆ ਤਾਂ ਵੀਰੋ ਜਿਹੜੀ ਤੁਸੀਂ ਅਸਲੀ ਤੇ ਨਕਲੀ ਦੀ ਪਛਾਣ ਕਰਨੀ ਆ ਜਦੋਂ ਆਪਣੇ ਬੋਰਾ ਖੋਲਣਾ ਆ ਜਿੱਥੇ ਆ ਬੋਰੇ ਦੀ ਇੱਥੇ ਆਪਣੇ ਸੀਨ ਲੱਗੀ ਹੁੰਦੀ ਉੱਪਰਲੀ ਸਾਈਡ ਤੇ ਤਾਂ ਆ ਜਿਹੜੀ ਚਮਕੀਲੀ ਜਿਹੀ ਪੱਟੀ ਜ਼ਰੂਰ ਦੇਖਣੀ ਆ ਲੱਗੀ ਹੋਣੀ ਆ ਇਹਦੇ ਉੱਤੇ ਸ਼੍ਰੀ ਰਾਮ ਸੁਪਰ 272 ਆ ਸਾਰੀ ਪੱਟੀ ਦੇ ਉੱਤੇ ਇਦਾਂ ਲਿਖਿਆ ਹੋਣਾ ਆ ਇੱਕ ਤਾਂ ਤੁਸੀਂ ਇਹ ਦੇਖਣੀ ਆ ਤਾਂ ਉਸ ਤੋਂ ਬਾਅਦ ਵਿੱਚ ਜਿਹੜਾ ਆ ਬੋਰੇ ਦੇ ਉੱਪਰ ਆ ਸਟicker ਲੱਗਾ ਹੋਊਗਾ ਕੰਪਨੀ ਵੱਲੋਂ ਤਾਂ ਤੁਹਾਡੇ ਮੋਬਾਈਲ ਦੇ ਵਿੱਚ ਜਿਹੜਾ ਵੀ ਬਾਰ ਕੋਡ ਸਕੈਨਰ ਹੋਇਆ ਉਹਦੇ ਨਾਲ ਆ ਆ ਚੀਜ਼ ਜਿਹੜੀ ਸਕੈਨ ਕਰਨੀ ਆ ਜਦੋਂ ਤੁਸੀਂ ਸਕੈਨ ਕੀਤੀ ਤਾਂ ਤੁਹਾਨੂੰ ਇੱਕ ਲਿੰਕ ਆਉਣਾ ਉਸ ਲਿੰਕ ਤੇ ਕਲਿੱਕ ਕਰਨਾ ਉਸ ਤੋਂ ਬਾਅਦ ਤੁਹਾਡੇ ਕੋਲ ਮੋਬਾਈਲ ਨੰਬਰ ਪੁੱਛਿਆ ਜਾਊਗਾ ਵੈਰੀਫਾਈ ਕਰਨ ਦੇ ਲਈ ਵੀ ਤੁਹਾਨੂੰ ਦੱਸਿਆ ਜਾਵੇ ਵੀ ਇਹ ਬੀਜ ਜਿਹੜਾ ਅਸਲੀ ਆ ਜਾਂ ਨਕਲੀ ਆ ਉੱਥੇ ਤੁਸੀਂ ਆਪਣਾ ਮੋਬਾਈਲ ਨੰਬਰ ਭਰ ਕੇ ਤਾਂ ਵੈਰੀਫਾਈ ਕਰ ਦੇਣਾ ਆ ਜਦੋਂ ਤੁਸੀਂ ਵੈਰੀਫਾਈ ਕਰ ਦਿੱਤਾ ਤਾਂ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਤੁਹਾਡੇ ਮੋਬਾਈਲ ਦੇ ਉੱਤੇ ਇੱਕ ਮੈਸੇਜ ਆ ਜਾਣਾ ਆ ਵੀ ਤੁਹਾਡਾ ਬੀਜ ਅਸਲੀ ਹੋਇਆ ਤਾਂ ਅਸਲੀ ਦੇਣਗੇ ਲਿਖ ਕੇ ਆਊਗਾ ਜੇ ਨਕਲੀ ਹੋਇਆ ਤਾਂ ਨਕਲੀ ਆਊਗਾ ਦੱਸ ਦੇਣਗੇ ਤਾਂ ਇਹੋ ਹੀ ਅਸਲੀ ਤੇ ਨਕਲੀ ਦੀ ਪਛਾਣ ਜ਼ਰੂਰ ਕਰਨੀ ਆ ਤੇ ਸ਼ਰੀ ਰਾਮ ਸੁਪਰ 272 ਦੀ ਵੈਰਾਈਟੀ ਬਾਰੇ ਦੱਸਿਆ ਆ ਇਹ ਪਿਛਲੇ ਸਾਲ ਆਪਾਂ ਲਾਈ ਸੀਗੀ ਤੇ ਇਹ ਵੈਰਾਈਟੀ ਜਿਹੜੀ ਘੱਟ ਤੋਂ ਘੱਟ ਵੀ 23 ਤੋਂ 24 ਕੁਇੰਟਲ ਜਿਹੜਾ ਝਾੜ ਖੇਤ ਦਾ ਦਿੰਦੀ ਆ ਘੱਟ ਤੋਂ ਘੱਟ ਜਿਹੜਾ ਆ ਤੇ ਆਪਣੀ ਪਿਛਲੀ ਵਾਰੀ ਜਿਹੜਾ ਆ ਡਿੱਗਣ ਦੇ ਬਾਵਜੂਦ ਵੀ ਇਹ ਵੈਰਾਈਟੀ ਨੇ 23.5 ਕੁਇੰਟਲ ਜਿਹੜਾ 23 23.5 ਕੁਇੰਟਲ ਝਾੜ ਦਿੱਤਾ ਸੀ ਤਾਂ ਵੀਰੋ ਵੀਡੀਓ ਕਿੱਦਾਂ ਦੀ ਲੱਗੀ ਆ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਯਾਰੋ ਸਬਸਕ੍ਰਾਈਬ ਜ਼ਰੂਰ ਕਰ ਦਿਓ ਲੱਗੇ ਆ ਜੀ ਹੁਣ ਬਜਾਈ ਸ਼ੁਰੂ ਕਰਨਾ ਡਰ